ਬਿਸਮਿਲਲਾਹਿਰਰਹਿਮਾਨਿਰਰਹੀਮ ਅਸਲਾਮੁ ਅਲੈਕੁਮ ਵੇਖ ਰਹੇ ਹੋ ਤੁਸੀਂ ਸਾਰੋਕੀ ਚੈਨਲ ਤੇ ਮੈਂ ਤੁਹਾਡਾ ਮਿਹਮਾਨ ਸ਼ਾਹਜ਼ੇਬ ਵੜੈਚ ਜ਼ਿਲ੍ਹਾ ਗੁਜਰਾਤ ਪਿੰਡ ਸਾਰੋਕੀ। ਸਭ ਤੋਂ ਪਹਿਲਾਂ ਤੁਹਾਡੇ ਭਰਾਵਾਂ ਦਾ ਸ਼ੁਕਰੀਆ ਜੇ ਭਰਾ ਵੀਡੀਓ ਵੇਖਦੇ ਹੋ ਲਾਈਕ ਕਰਦੇ ਹੋ ਜਾਂ ਕਮੈਂਟ ਕਰਦੇ ਹੋ। ਜਿਨ੍ਹਾਂ ਜਿਨ੍ਹਾਂ ਭਰਾਵਾਂ ਪਿਛਲੀ ਵੀਡੀਓ 'ਤੇ ਸਲਾਮ ਆਖਿਆ ਵਾਲੇਕੁਮ ਸਲਾਮ। ਜਿਹੜੇ ਨਵੇਂ ਭਰਾ ਵੀਡੀਓ ਵੇਖਦੇ ਹੋ ਚੈਨਲ ਨੂੰ ਕਰਾਇਆ ਸਬਸਕ੍ਰਾਈਬ ਅਤੇ ਬੈਲ ਆਈਕਾਨ ਦਾ ਬਟਨ ਜ਼ਰੂਰ ਦਬਾ ਜੇ ਤਾਂ ਕਿ ਸਾਡੀ ਹਰ ਇੱਕ ਨਵੀਂ ਵੀਡੀਓ ਤੁਹਾਡੇ ਭਰਾਵਾਂ ਤੱਕ ਬਆਸਾਨੀ ਪਹੁੰਚ ਜਾਏ। ਅੱਜ ਦੀ ਵੀਡੀਓ ਕੁਝ ਇਸ ਤਰ੍ਹਾਂ ਮੈਂ ਤਾਰੀਖ ਹੈ 24 ਨਵੰਬਰ ਬਰੋਜ਼ ਐਤਵਾਰ 2024। ਅੱਜ ਦੀ ਵੀਡੀਓ ਵਿੱਚ ਮੱਝਾਂ ਜਿਹੜੀਆਂ ਨੇ ਭਰਾਵਾਂ ਨੂੰ ਵੇਖਣ ਨੂੰ ਲੱਭਣ ਦੀਆਂ, ਉਹ 5 ਮੱਝਾਂ ਨੇ 1 ਗਾਂ ਹੈ। ਮੱਝਾਂ ਦੀ ਜਿਹੜੀ ਗੱਲਬਾਤ ਹੁੰਦੀ ਹੈ ਵੱਡੇ ਭਾਈ ਨੇ ਚੌਧਰੀ ਫਜ਼ਾਲ ਵੜੈਚ ਰਫਜਾਨਾ ਉਹਨਾਂ ਦੀ ਜ਼ਬਾਨੀ ਗੱਲਬਾਤ ਹੁੰਦੀ ਹੈ ਮੱਝਾਂ ਦੀ, ਉਹਨਾਂ ਨੂੰ ਬੁਲਾ ਕੇ ਤੇ ਮੈਂ ਪੁੱਛ ਲੈਣਾ ਮੱਝਾਂ ਦੇ ਮੁਤਲਕ ਸਾਰੀ ਗੱਲ। ਨੰਬਰ ਮੈਂ ਉਹਨਾਂ ਦਾ ਨੋਟ ਕਰਾ ਛੱਡਣਾ 0300 4446 747। ਲੋਕੇਸ਼ਨ ਸਮਝਾ ਦੇਣਾ, ਗੁਜਰਾਤ ਸ਼ਹਿਰ ਚੌਕ ਤੋਂ ਜਿਹੜਾ ਮੁਗੂਆ ਰੋਡ ਪੈਂਦਾ ਤਕਰੀਬਨ 3 ਜਾਂ 4 ਕਿਲੋਮੀਟਰ ਅੱਗੇ ਪਿੰਡ ਸਾਡਾ ਸਾਰੋਕੀ ਹੈ। ਜੇ ਮੁਗੂਆ ਵਾਲੀ ਸਾਈਡ ਨੂੰ ਆ ਰਹੇ ਹੋ ਤਾਂ 50 ਕ੍ਰਾਸ ਕਰਦੇ ਆ ਸਾਰ ਪਿੰਡ ਸਾਰੋਕੀ। ਮਜ਼ੀਦ ਲੋਕੇਸ਼ਨ ਕਿਸੇ ਭਰਾ ਨੂੰ ਨਾ ਪਤਾ ਲੱਗੇ ਨੰਬਰ 'ਤੇ ਤੁਸੀਂ ਰਾਬਤਾ ਕਰਕੇ ਜਨਾਬ ਪੁੱਛ ਸਕਦੇ ਹੋ। ਆਓ ਜੀ ਭਾਈ ਫਜ਼ਾਲ ਸਾਹਿਬ। ਅਸਲਾਮ ਅਲੈਕੁਮ ਜੀ। ਵਾਲੇਕੁਮ ਸਲਾਮ ਜੀ, ਕੀ ਹਾਲ ਹੈ ਭਾਈ ਫਜ਼ਾਲ ਸਾਹਿਬ ਜੀ? ਠੀਕ ਠਾਕ ਜਨਾਬ, ਤੁਸੀਂ ਸੁਣਾਓ? ਹਰੀਅਤ ਕਰਮ ਅੱਲਾ ਪਾਕ ਜ਼ਿਆਦਾ, ਤੁਸੀਂ ਸੁਣਾਓ? ਸਾਰਿਆਂ ਭਰਾਵਾਂ ਜਨਾਬ, ਸਭ ਤੋਂ ਪਹਿਲਾਂ ਨਾ ਸਾਡੀ ਤਰਫੋਂ ਸਲਾਮ ਹੈ ਜੀ। ਵਾਲੇਕੁਮ ਸਲਾਮ। ਜਿੱਥੇ ਜਿੱਥੇ ਬੈਕ ਵੀਡੀਓ ਜਿਹੜੇ ਮੁਲਕ 'ਚ ਵਹਿੰਦੇ ਹੋ ਸਭ ਭਰਾਵਾਂ ਦੀ ਜਨਾਬ ਮਿਹਰਬਾਨੀ, ਲਾਈਕ ਕਰਦੇ ਹੋ, ਕਮੈਂਟ ਕਰਦੇ ਹੋ, ਸਾਡੇ ਭਰਾਵਾਂ ਦੀ ਹੌਸਲਾ ਅਫਜ਼ਾਈ ਕਰਨ ਦਾ ਸ਼ੁਕਰੀਆ। ਥੋੜ੍ਹੀ ਜਿਹੀ ਜਿਹੜੀ ਹੈ ਨਾ ਉਹ ਗੱਲਬਾਤ ਦੱਸੀ ਹੈ ਭਰਾਵਾਂ ਨੂੰ ਬਾਈ, 5 ਮੱਝਾਂ ਨੇ ਗੱਲਬਾਤ ਅਤੇ 1 ਗਾਂ, ਇਸ ਤਰ੍ਹਾਂ ਹੀ ਹੈ ਜੀ। ਅਤੇ ਨੰਬਰ ਜੇ ਆਉਣਾ ਇਹਦੇ 'ਤੇ ਵਟਸਐਪ ਵੀ ਹੈਵੇ, ਉਂਝ ਵੀ ਨੰਬਰ ਤੁਸੀਂ ਕਰ ਸਕਦੇ ਹੋ। ਬਿਲ ਫਰਜ਼ ਨੈਟਵਰਕ ਖਰਾਬ ਹੁੰਦਾ ਜਿਹੜਾ ਧਰਨਾ ਵਗੈਰਾ ਇਹਦੇ ਵਜ੍ਹਾ ਤੋਂ, ਅਤੇ ਵਟਸਐਪ 'ਤੇ ਤੁਸੀਂ ਮੈਸੇਜ ਕਰ ਸਕਦੇ ਹੋ, ਤੁਹਾਨੂੰ ਜੇ ਰਿਪਲਾਈ ਜਾ ਜਾਣਾ ਲਾਭ ਜਿਹਦਾ। ਅਫਜ਼ਾਲ ਸਾਹਿਬ ਸ਼ੁਰੂ ਕਰੀਏ ਜੀ। ਬਿਲਕੁਲ, ਪਹਿਲੇ ਨੰਬਰ 'ਤੇ ਕਿਹੜਾ ਜਾਨਵਰ ਵਿਖਾਉਣਾ ਜੀ? ਲਓ ਜੀ, ਪਹਿਲੇ ਨੰਬਰ ਆਈ ਜਨਾਬ ਮੱਝ 1 ਨੰਬਰ ਜੀ। ਜੀ ਭਾਵਸਾ ਸਾਹਿਬ, ਕੀ ਗੱਲਬਾਤ ਹੈ ਜੀ? ਮੱਝ ਦੂਸਰਾ ਸੂਆ ਝੋਟੀ ਨੇ ਸੋਣਾ। ਲਓ ਜੀ, ਦੂਸਰਾ ਸੂਆ ਝੋਟੀ ਦਾ। ਜੀ ਕਿੰਨੇ ਕੁ ਦਿਨ ਲੈ ਜਾਂਦੀ ਹੈ? ਦਿਨ ਜਨਾਬ 5 ਲੈ ਜੇ, 6 ਲੈ ਜੇ, ਇੰਨੇ ਕੁ ਲੈ ਜਾਣੇ ਸੂ। ਅੱਛਾ ਜੀ, ਦਿਨ ਲੈ ਜਾਂਦੀ ਹੈ 5 ਤੋਂ 6। ਮੱਝ ਦਾ ਕੱਦ ਬਹੁਤ ਸ਼ਕਲ ਸ਼ਬਾਬ ਭਰਾਵਾਂ ਦੇ ਸਾਹਮਣੇ ਨੇ ਨਸਲ ਜੀ। ਥਣਾ ਦੀ ਜਨਾਬ ਸਾਡੀ ਗਾਰੰਟੀ ਇਨਸ਼ਾਅੱਲਾ ਹੋਵੇਗੀ, ਭਾਰ ਕੱਢੇ ਤਾਂ ਵੀ ਹੋਵੇਗੀ ਪੂਰਾ ਮਾਇਓ ਜੀ। ਬੜੀ ਵੱਡੇ ਕੱਦ ਵਾਲੀ ਝੋਟੀ ਹੈ ਜਨਾਬ, ਮੱਝ ਦੀ ਹੱਡੀ ਛੱਡੀ, ਮੱਝ ਦਾ ਹੁਸਨ ਨਸਲ ਇਹਦੇ 'ਚ ਕੋਈ ਸ਼ੱਕ ਨਹੀਂ। ਅਗਲੀ ਗੱਲ ਫਿਰ ਨਸੀਮ ਕਦਰ ਦੀ ਹੈ। ਲਓ ਜੀ, ਮੱਝ ਜਿਹੜੀ ਹੈ ਨਾ ਦਿਨ ਹੀ ਹੈ 5-6 ਲੈਂਦੀ ਹੈ ਸੂਣ ਵਿੱਚ। ਵਕਤੀ ਤੌਰ ਸਿਰਫ ਭਰਾਵਾਂ ਇਹਦੀ ਸ਼ਕਲ ਵੇਖ ਲੈਣੀ ਹੈ, ਲਿਬਾਸ ਤੇ ਮੱਝ ਨੇ ਹੀ ਹੈ ਬਣਾਉਣਾ। ਬਰੀਕ ਮੱਝ ਬਾਰ ਬੜੀ ਹੈ, ਮੱਝ ਦੀ ਧੁੰਨੀ ਵੇਖ ਲੈਣੀ ਹੈ ਕੋਈ ਨਹੀਂ। ਕੌੜੀ ਮੱਝ ਦੀ ਨਿੱਕੀ, ਉਛਲ ਮੱਝ ਦਾ ਬੜਾ ਬਰੀਕ, ਚੰਮ ਮੱਝ ਦਾ ਬੜਾ ਬਰੀਕ, ਕੱਦ ਵੱਡਾ, ਪੁੱਠਾ ਚੌੜਾ ਮੱਝ ਦਾ। ਥਣਾਂ ਦੀ ਜਿਹੜੀ ਹੈ ਸਾਡੀ ਗਰੰਟੀ ਹੈ, ਬਾਕੀ ਸ਼ਕਲ ਬਹੁਤ ਜਿਹੜੀ ਹੈ ਸਾਡੇ ਕੋਲ ਚੇਂਜ ਉਹ ਕੋ ਨਹੀਂ ਹੋਣੀ ਜੀ। ਬਿਲਕੁਲ ਜੀ। ਭਾਵਜ਼ਾਦ ਸਾਹਿਬ ਦੇ ਬਿਸਮਿਲਾ ਪੜ ਕੇ ਦੱਸੋ ਹਾਂ ਪੈਸੇ ਜਿਹੜੇ ਭਰਾਵਾਂ ਕੋਲ ਮਕੂਲ ਨਹੀਂ ਲੈਣੇ ਇਹਦਾ। ਸ਼ਰੀਫ ਸਾਹਿਬ ਤਿਆਰ ਹੋਈ ਮੱਝ ਤੇ 5 ਲੱਖ ਤੋਂ ਇਨਸ਼ਾਅੱਲਾ ਵੱਧ ਜੀ। ਆ ਭਰਾ ਰੋਜ਼ ਮੱਝਾਂ ਖਰੀਦਦੇ ਵੀ ਨੇ, ਵਹਿੰਦੇ ਵੀ ਨੇ, ਠੀਕ ਹੈ ਦੀਦੀ ਸਾਡੀ ਆਖਣੇ ਤੇ ਨਹੀਂ ਜਾਣਾ ਜੀ ਜੀ, ਪਰ ਜੋ ਹਾਜ਼ਰ ਵਕਤ ਹੋਈ ਨਾ ਉਹ ਰੇਟ ਲਾ ਦੇ ਮੱਝ, ਠੀਕ ਹੈ ਜੀ। ਹੁਕਮ ਕਰੋ, ਜਿਸ ਭਰਾ ਨੂੰ ਝੋਟੀ ਪਸੰਦ ਹੋਈ ਨਾ 4,35,000 ਦੀ ਝੋਟੀ ਦੇ ਸਕਣਾ।
ਲੋ ਜੀ ਮੱਝ ਦਾ ਮੁੱਲ ਕਹਿੰਦੇ ਭਾਵੇਂ ਭਾਵੇਂ 10 ਲੱਖ ਕਹਿੰਦੇ ਨੇ 5 ਲੱਖ ਕਰ ਦੇਈਏ ਤੇ ਭਾਵੇਂ 5 ਤੋਂ ਵੱਧ ਹੋ ਜਾਏ। ਮੱਝ ਫਾਈਨਲ ਜਿਹੜੀ ਹੈ ਨਾ ਪਹਿਲੇ ਨੰਬਰ ਆਈ 4 ਲੱਖ ਤੇ 35 ਹਜ਼ਾਰ ਦੀ ਮੱਝ ਹੋਣੀ ਹੈ ਜਨਾਬ। ਮੱਝ ਜਨਾਬ ਸੋਈ ਹੈ ਇਨਸ਼ਾਅੱਲਾ ਅੱਲਾ ਦੇ ਹੁਕਮ ਨਾਲ 5 ਲੱਖ ਦੀ ਹੈ ਪੂਰੇ ਦੀ। ਠੀਕ ਹੈ। ਇਹ ਗੁੰਜਾਇਸ਼ ਲਬਾਸ ਵਿੱਚ ਵੀ ਮੱਝ ਦੇ ਦਿਹਾੜੇ ਦੀ ਹੈ, 5 ਲੈਂਦੀ ਹੈ ਸੋਣ। ਜੀ ਜੀ ਲੋਨ ਦੇ ਪਾਣ ਦੇ ਮੱਝ ਦਾ ਖੁਰ ਵੇਖ ਲੈਣਾ, ਐਂ ਲੱਗਦਾ ਜਿਵੇਂ ਡੱਬੀ ਧਰ ਕੇ ਆਪ ਖੁਦ ਬਣਾਏ ਆ। ਤੇ ਬਰੀਕੀ ਦੀ ਜਿਹੜੀ ਹੈ ਨਾ ਮੱਝ ਐਂਡ ਹੋਵੇ ਦੀ ਪੁੱਠਾ ਮੱਝ ਦਾ ਬੜਾ ਚੜਾ ਤੇ ਫਿਰ ਜਿਹੜਾ ਭਰਾ ਲੈ ਕੇ ਇਨਸ਼ਾਅੱਲਾ ਯਾਦ ਕਰੇਗਾ ਜਨਾਬ, ਮੱਝ ਹਰ ਪਾਸਿਓਂ ਸਾਫ ਸੁਥਰੀ ਹੋਵੇ ਦੀ। ਜਿੱਥੋਂ ਮੱਝ ਚੁੰਡੀ ਭਰੇ ਦੋ ਨਾ ਉੱਥੋਂ ਹੀ ਮਾਸ ਹੱਥੇ ਵਿੱਚ ਆਜਦਾ ਪੇਪਰ ਹਾਰ ਹੋਵੇ ਦੀ ਮੱਝ। ਰੇਟ ਦੀ ਗੱਲ ਜਿਹੜੀ ਹੁੰਦੀ ਹੈ ਨਾ, ਉਹ ਜਾਨਵਰ ਜਿਸ ਤਰ੍ਹਾਂ ਦਾ ਜਾਨਵਰ ਹੁੰਦਾ ਉਸ ਤਰ੍ਹਾਂ ਦੇ ਜਿਹੜਾ ਪੈਸੇ ਹੁੰਦੇ ਨੇ। ਲਓ ਜੀ ਦੂਜੇ ਨੰਬਰ ਤੇ ਜਿਹੜੀ ਮੱਝ ਹੈ ਜੀ, ਮੱਝ ਦਾ ਸਿਰ ਵਹਾਣਾ ਇੱਕ ਵਾਰੀ। ਜਿਹੜੇ ਬੰਦੇ ਮੱਝਾਂ ਨੂੰ ਸਮਝਦੇ ਨੇ ਨਾ ਜੀ, ਉਹਨਾਂ ਅੱਗੇ ਨਾ ਤਾਰੀਫਾਂ ਦੀ ਵੀ ਲੋੜ ਕੋਈ ਜੀ। ਉਂਝ ਫਿਰ ਜਿਹੜੇ ਨਹੀਂ ਸਮਝਦੇ ਉਹ ਜਨਾਬ ਮੇਰੀ ਦਿਸਲਾਂ ਨੇ ਵੀ ਮੱਝਾਂ ਨਾਲ ਬਣਾਏ ਆ। ਮੇਰੀ ਮੱਝ ਜਨਾਬ ਸਿਰ ਤੋਂ ਲੈ ਕੇ ਪੈਰਾਂ ਤੱਕ ਕੋਈ ਬੰਦਾ ਨਹਿੰਦ ਨਹੀਂ ਲਗਾ, ਉਸਨ ਵਿੱਚੋਂ ਵੀ ਨਸਲ ਵਿੱਚੋਂ। ਠੀਕ ਹੈ। ਇਹ ਵੀ ਦਿਹਾੜੇ ਹੀ ਹੈ, ਮੱਝ 5-6 ਲੈ ਜਾਂਦੀ ਹੈ। ਸੂਆ ਭਾਫਦਾ ਸਾਬੇ ਦਾ ਸੂਆ, ਇਹਨੇ ਵੀ ਦੂਸਰਾ ਸੂਆ। ਲਓ ਜੀ ਦੂਸਰਾ ਸੂਆ ਮੱਝ ਦਾ। ਤੇ ਮੱਝ ਜਿਹੜੀ ਹੈ ਨਾ ਉਹ ਭਰਾਵਾਂ ਦੇ ਸਾਹਮਣੇ ਵੇ ਭਾਫਦਾ ਸਾਹਿਬ, ਦਿਨ ਜਿਹੜਾ ਕਿੰਨੇ ਕੁ ਲੈ ਜਾਂਦੀ ਹੈ? ਦਿਨ ਜਨਾਬ 6 ਲੈ ਜੇ, 7 ਲੈ ਜੇ, 5 ਲੈ ਜੇ, ਹਫ਼ਤਾ ਕੋ ਲਈ ਤਕਰੀਬਨ ਡਨ ਤੇ ਤਾਂ ਦੱਸੀ ਹੈ ਜੇ ਅਸਾਂ ਹੱਥੀ ਕਰਾਈ ਹੁਣ ਮੱਝਾਂ ਜੀ। ਠੀਕ ਹੈ। ਤੇ ਜਿਹੜੇ ਗੱਡੀਆਂ ਛੱਡੀਆਂ ਪੈਂਦੀਆਂ ਲੈਂਦੀਆਂ ਨੇ ਦਿਹਾੜੇ, 2-3 ਪਹਿਲਾਂ ਵੀ ਸੂਹ ਪੈਂਦੀਆਂ ਨੇ ਜੀ, ਬਿਲਕੁਲ ਬਾਅਦ ਚ ਵੀ ਸੂਹ ਪੈਂਦੀਆਂ ਨੇ, ਫਿਰ ਅੱਲਾਹ ਤਾਲਾ ਦੇ ਕੰਮ ਨੇ ਜਨਾਬ ਜੀ। ਬਿਲਕੁਲ। ਕੋਈ ਧੁੰਦੀ ਤੋਂ ਲੈ ਕੇ ਸਾਰ ਤੱਕ ਮੱਝ ਸਾਡੀ ਲਿਬਾਸ ਕਰੇ ਦੀ ਹੈ, ਤਾਂ ਲਿਬਾਸ ਲਈਏ ਝੋਟੀ ਥੱਲੇ ਨਹੀਂ। ਠੀਕ ਹੈ। ਕੋਈ ਜਿਹੜਾ ਬੰਦੇ ਸ਼ੌਕ ਕਰਨਾ ਹੋਇਆ ਨਾ ਮੱਝ ਲੈ ਗਿਆ ਜਨਾਬ, ਇਨਸ਼ਾਅੱਲਾ ਅੱਲਾਹ ਦੇ ਹੁਕਮ ਨਾਲ ਜਨਾਬ ਯਾਦ ਕਰੇਗਾ। ਲਓ ਜੀ ਮੱਝ ਦਾ ਸਿਰ ਜਿਹਾ ਨਾ ਉਹ ਚੈੱਕ ਕਰ ਲੈਣਾ, ਮੱਝ ਨਸਲੀ ਹੈ ਪੂਰੀ। ਮੱਝਾਂ ਦੀਆਂ ਜਨਾਬ ਕੰਡਾਂ ਵੇਖਣੀਆਂ ਨੇ, ਮੱਝਾਂ ਦੇ ਕੱਦ ਵੇਖਣੇ ਨੇ, ਮੱਝਾਂ ਦੇ ਰੰਗ ਵੇਖਣੇ ਨੇ। ਕੋਈ ਇਹਨਾਂ ਨੂੰ ਬੂਸਟਰ ਟੀਕੇ ਨਹੀਂ ਲੱਗੇ, ਮੈਂ ਕੋਈ ਸੂਈਆਂ ਨੇ ਦਮੀਆਂ, ਕੋਈ ਬੂਸਟਰ ਟੀਕੇ ਆਈਆਂ ਨੇ, ਸਾਫ਼ ਸੁਥਰੀਆਂ ਮੱਝਾਂ ਸਾਡੀਆਂ ਹੁੰਦੀਆਂ, ਹਰ ਤਰ੍ਹਾਂ ਦੀ ਸਾਡੀ ਗਰੰਟੀ ਹੋਵੇ। ਆ 5-4 ਸਾਲ ਭਰਾਵਾਂ ਨੂੰ ਹੋ ਗਏ ਨੇ ਵਹਿੰਦਿਆਂ, ਨੈੱਟ ਉੱਤੇ ਵੀ, ਨੈੱਟ ਤੋਂ ਇਲਾਵਾ ਵੀ ਮਾਲ ਅਸੀਂ ਵੇਚਦੇ ਹਾਂ। ਠੀਕ ਹੈ। ਚੰਗੇ ਜਾਨਵਰ ਦਾ ਜਨਾਬ ਸ਼ੌਕ ਰੱਖਦੇ ਹਾਂ। ਅੱਗੋਂ ਫਿਰ ਅਗਲੀ ਗੱਲ ਲੈਣ ਦੇ, ਨਸੀਬ ਮੁਕੱਦਰ ਦਾ ਵੇ। ਮੱਝ ਦੇ ਸਿਰਫ ਜਿਹੜਾ 4 ਵਾਲ ਹੈ ਨਾ ਪੁਸ਼ਲ ਦੇ, ਇਹ ਚਿੱਟੇ ਹੈ ਨੇ, ਬਾਕੀ ਮੱਝ ਜਿਹੜੀ ਹੈ ਸਾਰੀ ਕੋਲੇ ਹਾਰ ਮੱਝ ਕਾਲੀ ਹੈ, ਅੱਖਾਂ ਮੱਝ ਦੀਆਂ ਕਾਲੀਆਂ। ਭਾਵਾ ਸਾਹਿਬ ਬਿਸਮਿਲਾ ਕਰੋ, ਹਾਂ ਪੈਸੇ ਤੋਂ ਤੁਹਾਨੂੰ ਭਰਾਵਾਂਗੇ ਜੇ ਅਸੀਂ ਲੈਣੇ ਫਾਈਨਲ। ਇਹ ਜਨਾਬ ਫਾਈਨਲ ਝੋਟੀ ਜਿਹੜੀ ਹੈ ਨਾ ਹਾਜ਼ਰ ਵਕਤ ਜਿੰਨੇ ਦੀ ਦੇ ਛੱਡਣੀ ਹੈ। ਠੀਕ ਹੈ। ਉਹ ਰੇਟ ਲਾਉਂਦੇ, ਫਾਲਤੂ ਰੇਟ ਲਾਉਣਾ ਹੋਵੇ ਤਾਂ ਲਾ ਦੇਣੀ ਹੈ 6 ਲੱਖ ਜਾਂ 5.5 ਲੱਖ। ਹਾਜ਼ਰ ਵਕਤ ਜਿਸ ਭਰਾ ਨੂੰ ਝੋਟੀ ਪਸੰਦ ਹੋਈ ਨਾ ਉਹਨੂੰ ਜਨਾਬ 5 ਲੱਖ ਦੀ ਦੇ ਸਕਾਂ, ਪੂਰੇ 5 ਲੱਖ ਦੀ ਝੋਟੀ ਦੇ ਸਕਾਂ। ਹੁਣ ਜਿਹੜੇ ਮੱਝਾਂ ਮੇਰੀਆਂ ਸੂਈਆਂ ਇਨਸ਼ਾਅੱਲਾ ਇਦੂ 30-30 ਚਾਹੀ ਦਾ ਹਰ ਵੱਧ ਵਾਲੀਆਂ ਹੁੰਦੀਆਂ ਜੀ। ਭਾਵਾ ਸਾਹਿਬ ਕੀ ਦੱਸਿਆ ਜੀ ਰੇਟ? ਰੇਟ ਦੱਸਿਆ ਜਨਾਬ, ਹਾਜ਼ਰ ਵਕਤ ਜੋ ਕੁਝ ਮੱਝ ਮੌਜੂਦ ਹੈ ਨਾ, ਜੋ ਕੁਝ ਉਹ ਰੇਟ ਲਾਇਆ ਜੀ, 5 ਲੱਖ ਰੁਪਈਆ ਝੋਟੀ ਦਾ। ਲਓ ਜੀ ਦੂਸਰੇ ਨੰਬਰ ਹੈ ਜਿਹੜੀ ਮੱਝ ਵੇਂਦੇ ਹੋ ਪਏ, ਖਾਸ ਮੱਝ ਨੀਲੀ ਦੀ ਹੈ ਜਨਾਬ, ਬਟਨ ਝੋਟੀ ਦਾ ਵੇਖੋ ਫਿਰ। ਮੁੱਲ ਮੱਝ ਦਾ ਭਾਵੇਂ ਵੱਧ ਹੋ ਜਾਏ, ਫਾਈਨਲ ਜਿਹੜੀ ਹੈ ਨਾ ਮੱਝ ਜਿਹੜੇ ਭਰਾ ਨੂੰ ਪਸੰਦ ਆਵੇ ਝੋਟੀ,
ਪੂਰੇ 5 ਲੱਖ ਦੀ ਹੋ ਜਾਣੀ ਹੈ ਜੀ ਗੱਲ ਭਾਪਾ ਸਾਹਿਬ ਜੀ ਬਿਲਕੁਲ। ਬਾਕੀ ਮਾਜ ਦੀ ਨਸਲ ਜਿਹੜੀ ਹੈ ਨਾ ਉਹ ਚੈੱਕ ਕਰ ਲੈਣੀ ਹੈ, ਨਸਲ ਬਾਹਰ ਲਬਾਸ ਗਾੜੀ ਨੂੰ ਵੀ ਵੇਖਣਾ, ਪਛਾੜੀ ਨੂੰ ਵੀ ਵੇਖਣਾ ਜਨਾਬ। ਇਹ ਕੱਖ ਵੀ ਨਹੀਂ ਲਬਾਸ ਮਾਜ ਦੇ ਥੱਲੇ ਤੋੜ ਤੋਂ ਨਹੀਂ ਲੈਣਾ, ਸੋਹਣਾ ਮੁੱਠ ਭਾਰ ਹੋਵੇ ਦਾ ਜਨਾਬ ਜੀ। ਠੀਕ ਹੋ ਗਿਆ, ਲਿਆਓ ਜੀ ਜ਼ੈਨ ਸਾਹਿਬ ਕੋ ਤੀਸਰਾ ਨੰਬਰ ਹੈ ਮਾਜ ਜੀ। ਤੀਸਰੇ ਨੰਬਰ ਜਿਹੜਾ ਜਾਨਵਰ ਵਹਿੰਦੇ ਹੋ ਪੇ, ਉਹ ਵੀ ਦੂਜਾ ਸੂਹਾ ਮਾਜ ਦਾ, ਦੂਜਾ ਸੂਹੇ ਸੋਹਣਾ, ਯਾਨੀ ਕਿ ਤਰਾਵੇ ਜਿਹੜਾ ਜਾਨਵਰ ਨੇ ਨਾ ਦੂਜਾ ਦੂਜਾ ਸੂਹਾ ਜਿਹਾ ਨਾ ਇਹਨਾਂ ਸੋਹਣਾ ਮੱਝਾਂ ਨੇ, ਅਤੇ ਮੱਝ ਜਿਹੜੀ ਹੈ ਨਾ ਪੂਰੀ ਨਜਾ ਕੇ ਚੈੱਕ ਕਰਨੀ ਹੈ ਅਸਲ ਜਿਹਾ ਨਾ ਮਾਜ ਦਾ ਬੱਚਾ ਹੋਵੇਗਾ। ਮਾਜ ਦੀ ਜੋੜ ਵੇਖਣੀ ਹੈ, ਮਾਜ ਦੀ ਜਨਾਬ ਪੁੱਠਾ ਕੰਡ ਪੱਧਰੀ ਠੀਕ ਹੈ, ਥਣ ਫਿਰ ਮਾਜ ਦਾ ਇਸ ਤਰ੍ਹਾਂ ਦਾ 5-7 ਸੂਹੇ ਵੀ ਮੱਝ ਸੂਹੇ ਨਾ ਜੀ ਜੀ ਥਣ ਨਹੀਂ ਲੰਮਾ ਹੋਣੇ। ਵੈਰੀ ਗੁੱਡ। ਇਹ ਮੱਝਾਂ ਹੈ ਜਨਾਬ ਕੱਚੀਆਂ ਦੇ ਹਿਸਾਬ ਨਾਲ ਨਾ, ਆ ਭਰਾਵਾਂ ਨੂੰ ਪੁੱਠਾ ਛੁੱਟਿਆਂ ਦੀ ਨਜ਼ਰ ਤੇ ਆਉਂਦੀਆਂ ਨੇ, ਮੱਝਾਂ ਦਿਨ 5-5, 6-6 ਸੌਖੇ ਕੱਢ ਲੈਣਾ ਠੀਕ ਹੈ। ਇੱਕ ਵਾਰੀ ਇੱਥੇ ਖਲਵਾ ਦੇ ਮਾਜ ਜੀ, ਮਾਜ ਦੇਖੋ ਜੱਤ ਚੈੱਕ ਕਰਨੀ ਹੈ, ਜੱਤ ਬੜੀ ਹੈ ਮਾਜ ਤੇ, ਫਿਰ ਦੂਜੀ ਗੱਲ ਹੈ ਮਾਜ ਦਾ ਰੰਗ ਹੈ ਲੋਹਾ, ਲੋਹਾ ਰੰਗ ਜਿਹੜਾ ਜਾਨਵਰ ਦਾ ਹੋਵੇ ਤਾਂ ਮਾਜ ਦਾ ਉਹ ਮਾਜ ਕਦੀ ਭੈੜੀ ਨਹੀਂ ਹੋਣ। ਇਹ ਮੱਝ ਜਨਾਬ ਖੰਘੜ ਹੋਈ ਵੀ, ਪਿਛਲੇ ਘਰ ਨੇ ਦੱਸਿਆ 15-16 ਕਿਲੋ ਦੁੱਧ ਮੱਝ ਖੰਘੜ ਹੋਈ ਵੀ ਦਿੰਦੀ ਹੈ, ਜਿਹੜੇ ਕੋਈ 8-9 ਮਹੀਨੇ ਦੀ ਸੂਈ ਹੋਵੇ ਉਦੋਂ ਹੀ ਜੀ, ਤੇ ਸਾਲ ਸਵਾ ਜਨਾਬ ਕੰਨ ਬੰਨ ਕੇ ਮਾਜ ਦੁੱਧ ਚੰਗਾ ਦਿੰਦੀ। ਪੁੱਠਾ ਮਾਜ ਦਾ ਬੜਾ, ਮਾਜ ਦਾ ਲਿਬਾਸ ਬੜਾ, ਬਲੈਤੀ ਗਾਵਾਂ ਹਾਰ ਮਾਜ ਦਾ ਜਿਹਾ ਨਾ ਚਵਾਂ ਪਾਸੇ ਲਿਬਾਸ ਫੈਲੇ ਆਈ, ਸਿਰਫ ਵਜ੍ਹਾ ਹੋਵੇ ਮੱਝ ਤਿਆਰ ਨਹੀਂ ਪੂਰੀ, ਜਿਸ ਵੇਲੇ ਮੱਝ ਤਿਆਰ ਹੋਈ ਨਾ ਉਸ ਵੇਲੇ ਦੇ ਹੁਕਮ ਨਾਲ ਕਲਾਵੇ ਜਿੰਨਾ ਜਿਹਾ ਨਾ ਉਹ ਲਿਬਾਸ ਕਰ ਦੇ ਦੀ ਮੱਝ। ਥਣ ਬੜਾ ਪਿਆਰਾ ਲੱਗਿਆ, ਮੁੱਠੀ ਥਣ ਲੱਗੇ ਆ ਨਾ ਲੰਮਾ ਹੋਣੇ ਆ, ਇਹ ਥਣ ਦਾ ਐ ਬਈ ਰਹਿਣਾ, ਭਾਵੇਂ ਜਿੰਨੇ ਮਰਜ਼ੀ ਸੂਹੇ ਮਾਜ ਨੂੰ ਪੀ ਲਓ ਥਣ ਮਾਜ ਦਾ ਸੋਹਣਾ ਹੀ ਰਹਿਣਾ। ਇਹ ਮਾਜੀ ਥਣਾਂ 'ਚ ਧਾਰ ਵੀ ਨਹੀਂ ਪਾਈ, ਜਿਸ ਵੇਲੇ ਮਾਜ ਨੇ ਥਣਾਂ 'ਚ ਧਾਰ ਪਾਈ ਮੁੱਠ ਭਰ ਮੋਟਾ ਥਣ ਕੱਢੇ ਦੀ ਤੇ ਫੜਾ ਦੂਰ ਦੂਰ। ਫੋਨ ਕਰਦੇ ਨਾ ਬੜਾਈ ਸਾਹਿਬ, ਮੱਝਾਂ ਤੁਹਾਡੀਆਂ ਚੰਗੀਆਂ ਹੋਣੀਆਂ ਤੇ ਚੰਗੀ ਮੱਝ ਚਾਹੀਦੀ ਹੈ, ਆ ਮੱਝ ਜਨਾਬ ਲੈ ਗਏ ਤੇ ਇਨਸ਼ਾਅੱਲਾ ਯਾਦ ਕਰਨ ਦੇ ਠੀਕ ਹੈ, ਪਛਮ ਮੱਝ ਦੀ ਚੈੱਕ ਕਰਨ, ਮੱਝ ਦੀ ਵੱਖੀ ਵੇਖਣ, ਫਿਰ ਪੁੱਠਾ ਦੇਖਣ ਜਨਾਬ ਮੇਰੀ ਆ ਪੁੱਠੇ ਨੇ ਤਰ੍ਹਾਂ ਤਰ੍ਹਾਂ ਸਾਡੀਆਂ ਤਰ੍ਹਾਂ ਤਰ੍ਹਾਂ ਗਿੱਠਾਂ ਚਾੜੇ ਪੁੱਠੇ ਨੇ ਮਚਾ ਲਏ, ਵੱਡੇ ਵਜੂਦ ਦੀ ਮੱਝ ਹੋ ਕੇ ਬਰੀਕ ਹੈ ਮੱਝ ਜੀ ਪੂਰੀ। ਅੱਛਾ ਭਰਦਾ ਸਾਹਿਬ ਦਾ ਬਿਸਮਿਲਾ ਕਰੋ ਹਾਂ ਜਨਾਬ, ਇਹਦਾ ਦਸਵਾਂ ਭਰਾਵਾਂ ਕੋ ਜੇ ਪੈਸੇ ਲੈਣਾ ਜਨਾਬ, ਮੇਰਾ ਜੇਨ ਤੇ ਸੀ ਅੱਜ ਰੇਟ ਨਾ ਲਾਣਾ ਜੀ, ਮੈਂ ਤਿਆਰ ਹੋ ਲੈ ਜਾਂ ਜੀ, ਵੀਡੀਓ ਤੇ ਭਾਵੇਂ ਜਨਾਬ ਫੇਰ ਦਿਹਾੜਾ 5-10 ਤਰੋਂ ਨੂੰ ਜੀ ਚੌਂ ਨੂੰ ਰੇਟ ਲਾ ਦੇ ਜੀ, ਉਂਝ ਜਿਹੜਾ ਭਰਾ ਕਾਲ ਕਰੇ ਉਹਨੂੰ ਨੰਬਰ ਰੇਟ ਸ਼ੇਟ ਦੱਸ ਦੇਣਾ ਭਾਅ ਜੀ, ਫਿਰ ਜੀ ਉਹਨੂੰ ਦੱਸ ਦੇਣਾ ਮੱਝ ਬਹੁਤ ਚੰਗੀ ਹੈ ਜਨਾਬ। ਲੋ ਜੀ ਭਾਈ ਫਜ਼ਲ ਸਾਹਿਬ ਕਹਿੰਦੇ ਨੇ ਮੱਝ ਜਿਹੜੀ ਹੈ ਨਾ ਬਹੁਤ ਚੰਗੀ ਜੀ, ਸਿਰਫ ਇਹ ਮੱਝ ਤਿਆਰ ਨਹੀਂ, ਭਰਾਵਾਂ ਨੂੰ ਸ਼ੌਕ ਕਰਾ ਛੱਡਿਆ ਮੱਝ ਦਾ, ਜੇ ਹੁਣ ਵੀਡੀਓ ਤੇ ਵਿਕ ਗਈ ਠੀਕ ਹੈ, ਜੇ ਨਾ ਵਿਕੀ ਜਿਸ ਮੱਝ ਸੂ ਪਈ ਪੂਰਾ ਮੱਝ ਨੇ ਲਿਬਾਸ ਕੀਤਾ ਤਾਂ ਫਿਰ ਇੰਝ ਕਰਾਂਦੇ ਦਾ ਰੇਟ ਲਾਂ ਦੇ। ਵੈਸੇ ਉਂਝ ਵੀਡੀਓ ਦਾ ਰੇਟ ਓਪਨ ਨਹੀਂ ਹੋ ਰਿਹਾ, ਉਂਝ ਜਿਸ ਭਰਾ ਨੇ ਫੋਨ ਕਰਨਾ ਨਾ ਉਹਨੂੰ ਰੇਟ ਮੱਝ ਦਾ ਭਾਅ ਦਾ ਸਾਹਿਬ ਦੱਸਣ ਦੇ, ਰੇਟ ਨਹੀਂ ਆ ਤਾਂ ਮੱਝ ਅੱਜ ਲਾਣੀ ਵੀ ਕੋਈ ਸੀ ਵੀਡੀਓ ਤੇ ਜੀ ਠੀਕ ਹੈ, ਅੱਜਾ ਛੱਜਾ ਥੋੜੀਆਂ ਸਨ ਜੀ, ਉਸ ਵਾਸਤੇ ਨਾ ਮੈਂ ਜਦੋਂ ਭਰਾਵਾਂ ਨਾਲ ਸ਼ੌਕ ਤੇ ਕਰਾਈ ਜਰਾ ਪੂਰਾ ਜੀ ਠੀਕ ਹੋ ਗਿਆ ਠੀਕ ਹੈ। ਮੱਝਾਂ ਜਿਹੜੀਆਂ ਉਹ ਇਹਦੇ ਤੋਂ ਬਾਅਦ ਨੇ ਨਾ ਤਿੰਨੇ ਜੀ ਜੀ ਜਾਨਵਰ ਜੀ ਜੀ ਉਹ ਤਰਾਵੇ ਜਨਾਬ ਸੇਲ ਹੋ ਗਏ ਨੇ। ਅੱਛਾ ਜੀ, ਤਿੰਨ ਜਾਨਵਰ ਸਨ ਜਿਹੜੇ ਸੇਲ ਹੋਣੇ ਆ, ਤਿੰਨ ਜੇ ਇਹਨਾਂ ਵਿੱਚ ਵੇਖੇ ਜੀ, ਇਹਨਾਂ ਤਰ੍ਹਾਂ ਦਾ ਦੱਸਣਾ ਸੀ ਰੇਟ ਸ਼ੇਟ ਜੀ, ਇੱਕ ਗਾਂ ਤੇ ਦੋ ਮੱਝਾਂ ਉਹ ਵਿਕ ਗਈਆਂ ਨੇ। ਆਓ ਜੀ ਭਾਈ ਜਾਨ ਜਾਓ ਜੀ, ਪੂਰਾ ਹੋ ਗਏ ਪੂਰਾ ਲਈ।
ਉਰਾ ਆ ਜਾ ਤੁਸੀਂ ਉਤਰ ਕੇ ਕੀ ਦੇ ਕੰਮ ਏਡਾ ਚੱਕ ਆ ਤੇ ਕੋਈ ਨੀ ਕੋਈ ਸਲੀਮ ਤੂੰ ਆ ਕੇ ਬਣਾ ਓਏ ਉਰਾ ਆ ਜਾ ਚਲੋ ਨੀ ਜੀ ਆ ਗਿਆ ਫਿਰ ਆ ਜਾ ਯਾਰ ਮੱਝਾਂ ਜ਼ਿਲ੍ਹੇ ਦੇ ਵੱਟੇ ਦੀ ਮੱਝ ਲਈ ਦੇ ਤੇ ਵੀਡੀਓ ਗਾਉਂਦੇ ਨੀ ਹੂੰ ਜਾਨਵਰ ਲਏ ਨੇ ਪਹਿਲੇ ਵੀ ਸਾਡੇ ਕੋਲ ਜਾਨਵਰ ਲੈਂਦੇ ਨੇ ਹੁਣ ਵੀ ਇਹਨਾਂ ਅਸਲਾਮ ਅਲੈਕਮ ਜੀ ਹੁਣ ਵੀ ਇਹਨਾਂ ਜਾਨਵਰ ਜੇ ਇਹਨਾਂ ਖਰੀਦੇ ਨੇ ਦੋ ਮੱਝਾਂ ਤੇ ਇੱਕ ਗਾਂ ਜਿਹੜੀ ਇਹਨਾਂ ਲਈ ਹੈ ਮੱਝਾਂ ਵੀ ਜਿਹੜੀਆਂ ਨਾ ਪੂਰੀਆਂ ਸਾਬਤ ਨੇ ਇੱਕ ਮਾਜ ਤੇ ਜਿੱਡੀ ਆਪ ਹੈ ਉਹਨਾਂ ਥੱਲੇ ਲਿਬਾਸ ਹੈ ਮਾਜ ਦੇ ਠੀਕ ਹੈ ਅੱਲਾਹ ਤਾਲਾ ਜ਼ਾਤ ਤੋਂ ਚੁਣੀਆਂ ਪਈਆਂ ਭਾਈ ਜਾਨ ਨਸੀਬ ਕਰੇ ਰੱਬ ਦੀ ਜ਼ਾਤ ਨਾਲ ਸਾਹ ਲੰਮੇ ਕਰੇ ਬਹੁਤ ਮਿਹਰਬਾਨੀ ਆਪ ਮੱਝਾਂ ਤੁਹਾਡੀਆਂ ਦਾ ਸ਼ੌਕ ਕਰਾਉਂਦੇ ਆ ਭਰਾਵਾਂ ਨੂੰ ਜੀ ਰੇਟ ਸ਼ੇਟ ਤੇ ਆਉਣਾ ਉਹ ਅਲੀ ਸਾਹਿਬ ਆਉਂਦੇ ਸਾਡਾ ਨਹੀਂ ਦੱਸਣਾ ਮੱਝਾਂ ਦਾ ਮੱਝਾਂ ਜਿਹੜੀਆਂ ਨਾ ਉਹ ਚੈੱਕ ਕਰਾ ਹੜਨੇ ਆ ਗਾਂ ਵੀ ਹੋਵੋ ਨਾ ਗਾਂ ਵੀ ਲੈ ਜਿੱਡੀ ਮੱਝ ਆਪ ਨਾ ਓਡਾ ਮੱਝ ਦਾ ਥੱਲੇ ਲਿਬਾਸ ਹੈ ਗਾਂ ਰਾਤ ਦੀ ਸੂਈ ਹੈ ਪਹਿਲਾਂ ਬੋਲਾ ਛੋਲਾ ਕੱਢਿਆ ਕਿਆ ਬਾਤ ਹੈ ਪੁੱਤਰ ਤੇਰੀ ਮਾਝ ਦਾ ਥਣ ਬੜਾ ਪਿਆਰਾ ਲਿਬਾਸ ਮਾਝ ਦਾ ਬੜਾ ਹੁਸਨਬਾਜ਼ ਹੈ ਮਾਝ ਦੋਵੇਂ ਮੱਝਾਂ ਜਿਹੜੀਆਂ ਨੇ ਭਾਪਸਾ ਸਾਹਿਬ ਸੂਈਆਂ ਨਾ ਜੀ ਜੀ ਦੋਵੇਂ ਸੂਈਆਂ ਨੇ ਇੱਕ ਤਾਂ ਬੋਲੇ ਵਿੱਚ ਪਰਲੀ ਤੇ ਨਹੀਂ ਸਾਡੇ ਤਰਾਕ ਚਾਰ ਹੋ ਗਏ ਠੀਕ ਹੈ ਜੀ ਸੋ ਜੀ ਦੋ ਮੱਝਾਂ ਜਿਹੜੀਆਂ ਨੇ ਉਹ ਦੋਵੇਂ ਸੂਈਆਂ ਨੇ ਨਾਲ ਜਿਹੜੀ ਗਾਂ ਹੈ ਉਹ ਵੀ ਰਾਤ ਦੀ ਸੂਈ ਜਾਨਵਰ ਜੇ ਲੈ ਨਾ ਅਲੀ ਸਾਹਿਬ ਨਾ ਤਰਾਵੇ ਜੇ ਨਾ ਉਹ ਖੂਬਸੂਰਤ ਵੀ ਲੈ ਨੇ ਦੁੱਧ ਵਾਲੀਆਂ ਛਾਵਾਂ ਨੇ ਅਤੇ ਸਿਰਫ ਵੀਡੀਓ ਵਿੱਚ ਭਰਾਵਾਂ ਦਾ ਸ਼ੌਕ ਕਰਾਉਣਾ ਸੀ ਵਿਕ ਤਾਂ ਗਈ ਆ ਨਾ ਅਚੋਖੇ ਚੰਗੇ ਚੰਗੇ ਜਾਨਵਰ ਹੋਣ ਦੇ ਗਾਂ ਵੀ ਚੈੱਕ ਕਰਾਓ ਅੰਮ ਸਾਹਿਬ ਗਾਂ ਵੀ ਚੈੱਕ ਕਰਾ ਦਿਓ ਗਾਂ ਰਾਤ ਦੀ ਸੂਈ ਹੈ ਥੱਲੇ ਤੇ ਵੱਛਿਆ ਜੀ ਗਾਂ ਦਾ ਥਣ ਵੀ ਚੰਗਾ ਹੈ ਗਾਂ ਵੀ ਹੁਸਨ ਬਾਜ਼ ਹੈ ਇਹਨਾਂ ਗੱਲਾਂ ਲਈ ਲੈਂਦੇ ਹਾਂ ਜੀ ਇਜਾਜ਼ਤ ਨਵੀਂ ਵੀਡੀਓ 'ਚ ਫਿਰ ਹਾਜ਼ਰ ਹੋਵਾਂਗੇ ਨਵੇਂ ਜਾਨਵਰਾਂ ਨਾਲ ਉਦੋਂ ਤੱਕ ਦਿਓ ਇਜਾਜ਼ਤ ਜਿੱਥੇ ਜਿੱਥੇ ਭਰਾ ਆਵੋ ਖੁਸ਼ ਰਹੋ ਬਾਤ ਰਹੋ ਹੱਸਦੇ ਰਹੋ ਮੁਸਕਰਾਉਂਦੇ ਰਹੋ ਰੱਬ ਦੀ ਦਾਤ ਤੁਹਾਡੇ ਕਾਰੋਬਾਰ 'ਚ ਬਰਕਤ ਪਾਏ ਜਿਹੜੇ ਜੇ ਭਰਾ ਕਿਸੇ ਕਾਰੋਬਾਰ ਲੱਗੇ ਹੋ ਇਹ ਜਿਹੜੇ ਭਰਾ ਸਾਡੇ ਵਾਸਤੇ ਦੁਆ ਕਰਦੇ ਹੋ ਦੁਆ ਗੋਵੋ ਸਾਡੀ ਹੌਸਲਾ ਅਫਜ਼ਾਈ ਕਰਦੇ ਹੋ ਉਹਨਾਂ ਭਰਾਵਾਂ ਦਾ ਬਹੁਤ ਸ਼ੁਕਰੀਆ ਅਸੀਂ ਬੜੇ ਮਸ਼ਹੂਰ ਹਾਂ ਉਹਨਾਂ ਭਰਾਵਾਂ ਦੇ ਜਿਹੜੇ ਭਰਾ ਬੜਾ ਜਨਾਬ ਸ਼ੁਕਰੀਆ ਸਿਰਫ ਸਾਡੀ ਵੀਡੀਓ ਜਿਹੜੀਆਂ ਵਹਿੰਦੇ ਨੇ ਸ਼ੌਕ ਦੇ ਤੌਰ 'ਤੇ ਜਿਹੜੇ ਭਰਾ ਲੈਂਦੇ ਨੇ ਉਹ ਤਾਂ ਕਿ ਲੈਣ ਦੀ ਖਾਤਰ ਵਹਿੰਦੇ ਨਾ ਜਾਨਵਰ ਜਿਹੜੇ ਭਰਾ ਸ਼ੌਕੀਆ ਤੌਰ 'ਤੇ ਸਾਡੀ ਹੌਸਲਾ ਅਫਜ਼ਾਈ ਕਰਦੇ ਨੇ ਸਾਡੀ ਵੀਡੀਓ ਦਾ ਇੰਤਜ਼ਾਰ ਕਰਦੇ ਨੇ ਉਹਨਾਂ ਭਰਾਵਾਂ ਦੀ ਬਾਹਲੀ ਮਿਹਰਬਾਨੀ ਉਹਨਾਂ ਦੀ ਚੌਕੀ ਦੁਆ ਕਰਨੇ ਆ ਦੌਰ 'ਚ ਆਏ ਘੱਟ ਨੇ ਬੜੇ ਅਤੇ ਉਹਨਾਂ ਦੀ ਮਿਹਰਬਾਨੀ ਜਨਾਬ ਜਿਹੜੇ ਭਰਾ ਵੇਖ ਕੇ ਸਾਨੂੰ ਖੁਸ਼ ਹੁੰਦੇ ਨੇ ਮਾਲ ਨੂੰ ਜਾਂ ਸਾਨੂੰ ਬਾਕੀ ਸਾਡੀ ਕੋਈ ਗੱਲ ਕਿਸੇ ਭਰਾ ਨੂੰ ਨਾਗਵਾਰ ਗੁਜ਼ਰੀ ਹੋਵੇ ਉਹਨੂੰ ਜਨਾਬ ਇਗਨੋਰ ਕਰ ਦਿਆ ਜੇ ਸਾਡੀ ਕੋਸ਼ਿਸ਼ ਇਹੀ ਹੁੰਦੀ ਹੈ ਅਸੀਂ ਜਾਨਵਰਾਂ ਦੇ ਮੁਤਲਕ ਰਹਿ ਕੇ ਗੱਲ ਕਰੀਏ ਨਵੀਂ ਵੀਡੀਓ 'ਚ ਫਿਰ ਹਾਜ਼ਰ ਹੋਵਾਂਗਾ ਨਵੇਂ ਜਾਨਵਰਾਂ ਨਾਲ ਅੱਲਾ ਦੇ ਹਵਾਲੇ ਨਾਰਾਏ
ਹਾਜ਼ਰੀ ਜੈ ਇਲੀ ਜੈ ਇਲੀ।